ਮੈਨੂੰ ਦੱਸ ਦਿੰਦੇ ਮੇਰਾ ਤੇ ਕੰਮ ਹੁਣ ਪਿੰਡ 'ਚ ਹੀ ਹੁੰਦਾ ਹੈ ਸਕੂਟੀ ਇਦਾਂ ਫ੍ਰੀ ਖੜੀ ਰਹਿੰਦੀ ਹੈ ਸਕੂਟੀ ਮੈਡਮ ਜੀ ਤੁਸੀਂ ਆਪ ਸੋਚੋ ਆ ਸਕੂਟੀ ਤੇ ਜਾਂਦੇ ਮਨਤਾਰ ਭਾਜੀ ਤੇ ਬਾਪੂ ਜੀ ਕਿੱਦਾਂ ਦੇ ਲੱਗਣਗੇ ਤੁਸੀਂ ਸਹੀ ਕਹਿ ਰਹੇ ਹੋ ਸਕੂਟੀ ਤੇ ਤੇ ਕੁੜੀਆਂ ਹੀ ਸੋਹਣੀਆਂ ਲੱਗਦੀਆਂ ਨੇ ਹਨਾ ਮੋਹਿਨੀ ਭਾਬੀ ਜੀ ਵਾਂਗ ਸਮਰੀਤ ਮੈਡਮ ਹੌਲੀ ਬੋਲੋ ਅਜੇ ਬਾਪੂ ਜੀ ਨੇ ਅੰਦਰ ਸੁਣ ਲਿਆ ਨਾ ਤਾਂ ਆਪਣੇ ਖੁੰਡੇ ਉੱਤੇ ਮੇਰੀ ਮੁੰਡੀ ਵੱਢ ਕੇ ਟੰਗ ਲੈਣੀ ਹੈ ਤੇ ਪੂਰੇ ਪਿੰਡ 'ਚ ਚੱਕਰ ਲਾਉਣਾ ਪਰ ਬਾਪੂ ਜੀ ਦੇ ਖੁੰਡੇ ਤੋਂ ਤੁਹਾਡੀ ਮੁੰਡੀ ਆਊਗੀ ਕਿੱਦਾਂ ਉਹ ਤਾਂ ਗੋਲ ਹੈ ਨਾ ਪਰ ਨੀਚੋ ਤਾਂ ਤਿੱਖਾ ਨਾ ਜੇ ਉਹ ਤੇ ਟੰਗ ਲਈ ਫੇਰ ਅੱਛਾ ਠੀਕ ਹੈ ਮੈਂ ਹੌਲੀ ਬੋਲਦੀ ਆ ਪਰ ਹੁਣ ਮੇਰੀ ਗੱਲ ਨਾ ਧਿਆਨ ਨਾਲ ਸੁਣਿਓ ਤੁਹਾਡੇ ਲਈ ਬਹੁਤ ਜ਼ਰੂਰੀ ਹੈ ਜ਼ਰੂਰੀ ਗੱਲ ਹਾਂ ਆਜੋ ਬੈਠ ਕੇ ਗੱਲ ਕਰਦੇ ਨੇ ਮੇਰੇ ਨਾਲ ਬੈਠ ਕੇ ਹਾਂਜੀ ਪਾਸੀ ਮੇਰੀ ਗੱਲ ਸੁਣੋ ਪਿੰਡ 'ਚ ਨਾ ਨਵੀਆਂ ਵੋਟਾਂ ਬਣ ਰਹੀਆਂ ਹਾਂ ਤੇ ਮੈਂ ਸੋਚ ਰਹੀ ਸੀ ਕਿ ਪਿੰਡ 'ਚ ਨਵੀਆਂ ਵੋਟਾਂ ਬਣ ਰਹੀਆਂ ਨੇ ਤੇ ਕਿਉਂ ਨਾ ਆਪਾਂ ਭਾਬੀ ਜੀ ਦੀ ਆਪਣੇ ਪਿੰਡ ਦੀ ਵੋਟ ਬਣਵਾ ਲਈਏ ਉਹ ਨਹੀਂ ਸਮਰੀਤ ਮੈਡਮ ਜੀ ਆ ਜਦੋਂ ਸਾਰੇ ਪਿੰਡ ਆਣਗੇ ਉਹਦੀ ਦੇਖ ਲਾਂਗੇ ਜੋ ਕੁਝ ਚੱਲ ਰਿਹਾ ਹੈ ਨਾ ਆਪਣੇ ਘਰ ਦੇ ਵਿੱਚ ਮੈਨੂੰ ਲੱਗਦਾ ਨਹੀਂ ਕਿ ਜਲਦੀ ਉਹ ਆਣਗੇ ਵੇਖੋ ਜਿਹੜਾ ਕੰਮ ਵੇਲੇ ਸਿਰ ਹੁੰਦਾ ਹੈ ਆਪਾਂ ਨੂੰ ਕਰ ਲੈਣਾ ਚਾਹੀਦਾ ਨਾਲੇ ਫੇਰ ਕੀ ਪਤਾ ਕਦੋਂ ਨਵੀਆਂ ਵੋਟਾਂ ਬਣਨ ਹਲੇ ਤੇ ਮੇਰੇ ਹੱਥ 'ਚ ਸਭ ਕੁਝ ਉਹ ਤਾਂ ਠੀਕ ਹੈ ਪਰ ਕੋਈ ਪੰਗਾ ਤਾਂ ਨਹੀਂ ਪਊਗਾ ਪੰਗਾ ਕਾਹਦਾ ਪੈਣਾ ਕੋਈ ਪੰਗਾ ਨਹੀਂ ਪਊਗਾ ਦੇਖੋ ਜੇਕਰ ਸਾਨੂੰ ਆਪਣੇ ਪਿੰਡ ਦੀ ਵੋਟਰ ਲਿਸਟ 'ਚੋਂ ਕਰਦੇ ਬੰਦੇ ਦੇਖਣੇ ਵੀ ਪਏ ਤਾਂ ਉਹ ਤਾਂ ਅਕਸਰ ਤੁਸੀਂ ਦੇਖਦੇ ਹੋ ਕੋਈ ਹੋਰ ਤੇ ਦੇਖਦਾ ਨਹੀਂ ਫਿਰ ਪੰਗਾ ਕਿੱਦਾਂ ਪਾਊਗਾ ਇਹ ਤਾਂ ਹੈਗਾ ਨਾਲੇ ਪਿੰਡ 'ਚ ਇੰਨੀ ਕਿਸੇ ਦੀ ਹਿੰਮਤ ਨਹੀਂ ਕਿ ਕੋਈ ਲਿਸਟ ਪੜ ਕੇ ਸਾਡੀ ਚੁਗਲੀ ਲਾ ਸਕੇ ਚੜ ਤਾਂ ਬਹੁਤ ਹੈ ਲੰਬੜਦਾਰ ਦੇ ਮੁੰਡਿਆਂ ਦੀ ਤੇ ਫਿਰ ਬਣਾ ਲਈਏ ਆਪਾਂ ਭਾਬੀ ਜੀ ਦਾ ਵੋਟਰ ਕਾਰਡ ਵੋਟ ਬਣ ਗਈ ਤਾਂ ਕਾਗਜ਼ੀ ਤੌਰ ਤੇ ਮੋਹਿਨੀ ਮੈਡਮ ਹਰੀਪੁਰ ਪਿੰਡ ਦੇ ਵਸਨੀਕ ਹੋ ਜਾਣਗੇ ਵਾਹ ਫਿਰ ਨਾਲੇ ਉਸ ਸਹੁਰਾ ਘਰ ਕਦੋਂ ਜਾਣ ਵਾਲਾ ਪਹਾੜਾ ਵੀ ਘੱਟ ਪੜਿਆ ਕਰਨਗੇ ਕੀ ਸੋਚ ਰਹੇ ਹੋ ਬਾਜੀ ਅੱਛਾ ਮੈਨੂੰ ਇੱਕ ਗੱਲ ਦੱਸੋ ਭਾਬੀ ਜੀ ਦਾ ਵੋਟਰ ਕਾਰਡ ਇਸ ਵੇਲੇ ਕਿੱਥੋਂ ਦਾ ਹੈ ਉਹ ਤਾਂ ਪਤਾ ਨਹੀਂ ਪਤਾ ਨਹੀਂ ਇੱਕ ਕੰਮ ਕਰੋ ਪੁੱਛੋ ਉਹਨਾਂ ਨੂੰ ਜਾਂ ਮੇਰੀ ਗੱਲ ਕਰਾ ਦਿਓ ਮੈਂ ਉਹਨਾਂ ਨੂੰ ਸਾਰਾ ਪ੍ਰੋਸੈਸ ਵੀ ਸਮਝਾ ਦੂੰਗੀ ਫੋਨ ਕਰੋ ਫੋਨ ਹਾਂਜੀ ਫੋਨ ਲਾਓ ਹੁਣੇ ਕਰਨਾ ਹਾਂਜੀ ਹੁਣੇ ਲਾਵਾਂ ਹਾਂ ਹੋ ਲਾਓ ਲਿਆਓ ਮੇਰੀ ਗੱਲ ਕਰਾਓ ਉਹ ਲੌਕ ਹੈ ਮੈਡਮ ਜੀ ਪ੍ਰੋਫੈਸਰ ਸਾਹਿਬ ਹੈਲੋ ਸਤਿ ਸ਼੍ਰੀ ਅਕਾਲ ਭਾਬੀ ਜੀ ਕੀ ਕਰ ਰਹੇ ਹੋ ਭੈਣ ਜੀ ਉਹਨਾਂ ਨੂੰ ਹਾਰਟ ਅਟੈਕ ਆ ਜਾਣਾ ਹੈ ਹੈਲੋ ਹੈਲੋ ਮੋਹਿਨੀ ਮੈਡਮ ਮੈਂ ਬੋਲਦਾ ਤੁਹਾਡਾ ਮਤਲਬ ਅਜੇ ਦੀ ਬੋਲਦਾ ਹਾਂ ਨੰਬਰ ਤਾਂ ਤੁਹਾਡਾ ਹੀ ਸੀ ਲੇਕਿਨ ਇਹ ਪਹਿਲਾਂ ਭਾਬੀ ਦੀ ਨੰਦ ਕਿਹੜੀ ਆ ਗਈ ਉਹ ਦੱਸਿਆ ਸੀ ਨਾ ਸਮਰੀਤ ਮੈਡਮ ਰਹਿੰਦੇ ਨੇ ਆਪਣੇ ਘਰੇ ਉਹਨਾਂ ਦੀ ਆਪਣੇ ਪਿੰਡ 'ਚ ਡਿਊਟੀ ਲੱਗੀ ਹੋਈ ਹੈ ਉਹੀ ਸੀ ਤੁਸੀਂ ਉਹਨਾਂ ਨੂੰ ਦੱਸਤਾ ਤੁਹਾਡੇ ਬਾਰੇ ਹਾਂ ਮੈਡਮ ਜੀ ਨਾਲੇ ਉਹਨਾਂ ਨੂੰ ਤਾਂ ਉਦੋਂ ਦਾ ਹੀ ਪਤਾ ਜਦੋਂ ਆ ਤੁਹਾਡੀ ਬਦਲੀ ਰੱਦ ਕਰਵਾਉਣੀ ਸੀ ਆ ਡੀਸੀ ਆਫਿਸ ਦੇ ਵਿੱਚ ਉਹਨਾਂ ਨੇ ਤਾਂ ਮਦਦ ਕੀਤੀ ਸੀ ਮੇਰੀ ਤੇ ਇਹ ਹੁਣ ਤੁਹਾਡੇ ਘਰ ਹੀ ਆ ਗਏ ਜੇ ਇਹਨਾਂ ਨੇ ਕਿਸੇ ਨੂੰ ਦੱਸਤਾ ਫੇਰ ਕੀ ਹੋਊਗਾ ਭਾਬੀ ਜੀ ਫਿਕਰ ਨਾ ਕਰੋ ਮੈਂ ਕਿਸੇ ਨੂੰ ਨਹੀਂ ਦੱਸਦੀ ਇਹ ਉਹਦੀ ਆਵਾਜ਼ ਸੀ ਨਾ ਕੀ ਕਹਿ ਰਹੀ ਸੀ ਇਹ ਹਾਂ ਉਹੀ ਨੇ ਆ ਲਓ ਕਰ ਲਓ ਗੱਲ ਸਤਿ ਸ਼੍ਰੀ ਅਕਾਲ ਭਾਬੀ ਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਜੀ ਨਾ ਕਹੋ ਤੁਸੀਂ ਮੈਨੂੰ ਸਮਰੀਤ ਕਹਿ ਕੇ ਬੁਲਾਓ ਤੁਸੀਂ ਵੱਡੇ ਹੋ ਮੇਰੇ ਤੋਂ ਹੌਲੀ ਬੋਲੋ ਭੈਣ ਬਣ ਕੇ ਨੀ ਬਾਪੂ ਨੇ ਹਾਂ ਹਾਂ ਸਮਰੀਤ ਥੈਂਕ ਯੂ ਸੋ ਮਚ ਤੁਸੀਂ ਮੇਰੀ ਬਦਲੀ ਰੱਦ ਕਰਵਾਈ ਭਾਬੀ ਜੀ ਉਹ ਤਾਂ ਬਹੁਤ ਛੋਟਾ ਕੰਮ ਸੀ ਕੰਮ ਤਾਂ ਹੁਣ ਅਸਲੀ ਕਰਵਾਉਣਾ ਹੈ ਮੈਂ ਤੁਹਾਡਾ ਉਹਦੇ ਲਈ ਤੁਸੀਂ ਮੈਨੂੰ ਥੈਂਕਸ ਜ਼ਰੂਰ ਕਹੋਗੇ ਬਦਲੀ ਨਾਲੋਂ ਵੀ ਜ਼ਰੂਰੀ ਇਦਾਂ ਦਾ ਕਿਹੜਾ ਕੰਮ ਹੈ ਮੇਰਾ ਹਾਂਜੀ ਬਿਲਕੁਲ ਬਦਲੀ ਨਾਲੋਂ ਵੀ ਜ਼ਰੂਰੀ ਮੈਂ ਨਾ ਤੁਹਾਡਾ ਵੋਟਰ ਕਾਰਡ ਤੁਹਾਡੇ ਸਹੁਰੇ ਪਿੰਡ ਦਾ ਬਣਵਾਉਣ ਵਾਲੀ ਹਾਂ ਪ੍ਰੋਫੈਸਰ ਸਾਹਿਬ ਦੇ ਪਿੰਡ ਵਿੱਚ ਹਾਂਜੀ ਪ੍ਰੋਫੈਸਰ ਸਾਹਿਬ ਦੇ ਪਿੰਡ ਦਾ ਮੇਰਾ ਤੇ ਇੱਥੇ ਕੰਮ ਹੀ ਹੈ ਨਵੀਆਂ ਵੋਟਾਂ ਬਣ ਰਹੀਆਂ ਸੀ ਸੋ ਮੈਂ ਸੋਚ ਰਿਹਾ ਕਿ ਤੁਹਾਡਾ ਵੋਟਰ ਕਾਰਡ ਵੀ ਇੱਥੋਂ ਦਾ ਬਣਵਾ ਦਈਏ ਵੈਸੇ ਭਾਬੀ ਜੀ ਹੁਣ ਤੁਹਾਡਾ ਵੋਟਰ ਕਾਰਡ ਕਿਹੜੇ ਪਿੰਡ ਦਾ ਹੈ ਦਰਅਸਲ ਨਾ ਮੇਰੀ ਵੋਟ ਭੂਆ ਦੇ ਪਿੰਡ ਦੀ ਹੈ
मैं ना उत्थी वड्डी हुई हां भाभी जी फिर तुसी एक काम करो तुसी ना हुन मेनू अपने आधार कार्ड दी ते अपने वोटर कार्ड दी फोटो ना भेज दो मैं एक काम करूंगी एथे तोड़ा लिस्ट च नाम ऐड करवा दूंगी ते उधर बीएलओ च भेज के ओथो नाम रद्द करवा दूंगी ते फिर मेरा एड्रेस प्रोफेसर साहब दे पिंड दा हो जाऊगा हां जी फिर तोड़ा एड्रेस ना प्रोफेसर साहब दे पिंड दा हो जाएगा जदों एक बारी वोटर कार्ड ते एड्रेस चेंज हो गया ते तुसी आधार कार्ड ते आप ही करवा लियो ठीक है फिर मैं ना प्रोफेसर साहब नु भेज देंदी हां वोटर कार्ड दी फोटो प्रोफेसर साहब नु क्यों भेजनी है मेनू भेजो तुसी इहनां कोलों मेरा नंबर लै लियो ते मेनू डायरेक्ट भेज दियो हां आ भी ठीक रहेगा ठीक है मैं तुहानू भेजदी हां ठीक है भाभी जी ओके अच्छा रुको भाभी जी नु मेरा नंबर भेजना है फोन दो लॉक लग गया खोल दो हुने हेलो हुन ना भाभी जी नाल थोड़ा उच्चे आवाज़ से गल काटी करियो ए ना होवे कि मेनू शिकायत आ जाए ठीक है तुसी जाओ मैं भी जाना कुड़ियां दी आई सरकार